ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅਸਲਾਮ ਅਲੈਕੁਮ। ਅੱਜ ਮੈਂ ਪੜ੍ਹੀ ਲਿਖੀਆਂ ਜ਼ਰਦਾ। ਅੱਜ ਈਦ ਦਾ ਦਿਨ ਹੈ। ਅੱਜ ਮੈਂ ਜ਼ਰਦਾ ਪੜ੍ਹੀਆਂ ਲਿਖੀਆਂ। ਇਹ ਸਾਰਾ ਸਮਾਨ ਇਕੱਠਾ ਕੀਤੀ ਬੈਠੀ ਹਾਂ। ਹੁਣ ਜਿਹੜਾ ਮੈਂ ਪਕਾਵਣ ਸ਼ੁਰੂ ਕਰਨ ਲਿਖੀਆਂ। ਇਹ ਮੈਂ ਪਾਣੀ ਚੁੱਲ੍ਹੇ 'ਤੇ ਚਾੜ ਕੇ ਦਿਆਂ। ਇਹ ਚਾਵਲ ਸਾਫ਼ ਕਰਦੇ ਪੁਸਾ ਰੱਖੇ ਮੈਂ ਰਾਤ ਨੂੰ। ਇਹ ਗਰੀ ਕਿਸ਼ਮਿਸ਼ ਸਾਰਾ ਕੁਝ ਮੈਂ ਤਿਆਰ ਕੀਤੀ ਬੈਠੀ ਹਾਂ। ਹੁਣ ਜਿਹੜਾ ਨਵਾਂ ਚੁੱਲ੍ਹਾ ਬਲਣ ਲਿਖਿਆ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਇਹ ਪਾਣੀ ਉਬਲ ਗਏ। ਮੈਂ ਜਿਹੜਾ ਹੁਣ ਪਾਣੀ ਚਾਵਲ ਖਾਧੀ ਸੀ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਮੈਂ ਸਾਰੇ ਚਾਵਲ ਪਾ ਦਿੱਤੇ। ਇਹ ਹੁਣ 10-15 ਮਿੰਟ ਮੈਂ ਜਿਹੜਾ ਚਾਵਲ ਉਬਾਲ ਲੈਣਾ ਹੈ। ਬਲਾ ਜਿਹੜਾ ਇਹਦੀ ਚਾਸਣੀ ਬੜਾ ਹੁੰਦੀ ਹੈ। ਹਾਲੀ ਜਿਹੜਾ ਨਾ ਇਹ 15 ਮਿੰਟ ਮੈਂ ਚਾਵਲ ਕੋ ਉਬਾਲਣਾ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਇਹ ਮੈਂ ਜਿਹੜਾ ਨਾ ਜ਼ਰਦੇ ਪਾਉਂਦੇ ਇਹ ਛਿਲਕਾ ਕਿੰਦਾ ਹੁੰਦੇ। ਇਹ ਮਜ਼ੇਦਾਰ ਬਣਦੇ ਦੱਸਦਾ ਕਈ ਚੰਗਾ ਹੁੰਦੇ। ਇਹ ਮੇਰੇ ਪਾ ਦਿੱਤਾ ਥੋੜ੍ਹਾ ਜਿਹਾ। ਮੈਂ ਨਮਕ ਪੈ ਲਿਖੇ ਹਾਂ। ਨਮਕ ਹਰ ਚੀਜ਼ ਮਿੱਠੀ ਚਾਹ ਮਿੱਠੀ ਜਾਂ ਨਮਕ ਪਾਉਣਾ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਚਾਵਲ ਮੇਰੇ ਉਬਲ ਚੁੱਕੇ ਹਨ। ਇਹ ਹੁਣ ਜਿਹੜਾ ਮੈਂ ਟੋਕਰੀ 'ਚ ਮੁੰਡੇ ਨਹੀਂ ਪਿਆ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਰਹਿਮਾਨਿ ਰਹੀਮ। ਇਹ ਮੈਂ ਪਤੀਲਾ ਚੁੱਲ੍ਹੇ 'ਤੇ ਚਾੜ ਵੀ ਦੇਣ। ਹੁਣ ਮੈਂ ਚੀਨੀ ਪੈ ਜੀ ਪਿਆ। 1 ਕਿਲੋ ਚਾਵਲ ਹਨ। 1 ਕਿਲੋ ਚੀਨੀ ਹੈ। ਬਰਾਬਰ 'ਚ ਪਾਉਂਦੀ ਹੈ। ਇਹ ਮੈਂ ਵਿੱਚ ਦੂਧ ਪੈਂਦੀ ਪਈ ਹਾਂ। ਜੇ ਚੀਨੀ ਪੁਸ ਵਜੇ ਇਹ ਜਿਹੜਾ ਪਾਣੀ ਸਹੀ ਕਹਿਣ ਲੱਗਦਾ। ਇਹ ਦੂਧ ਪਾਉਣਾ ਪਾਉਂਦੇ। ਇਹ ਮੈਂ ਦੂਧ ਵਿੱਚ ਨਹੀਂ ਪਾਤੇ ਪਾ ਦੇਣਾ ਜ਼ਿਆਦਾ। ਇਹ ਹੁਣ ਇਹਦੀ ਚਾਸਣੀ ਬੜੇ ਸਮ ਹੈ। ਇਹ ਲਾਚਾ 'ਚ ਕਹਿੰਦੀ ਪਈ ਹਾਂ। ਇਹਦੇ ਵਿੱਚ ਇਹ ਚਾਸਣੀ ਹੈ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਇਹ ਮਤਲਬ ਹੀ ਕਿਸ਼ਮਿਸ਼ ਪੈਂਦੀ ਪਈ ਹਾਂ। ਇਹ ਜ਼ਰੂਰੀ ਹੁੰਦੀ ਹੈ। ਜ਼ਰਦੇ ਵਿੱਚ ਕਿਸ਼ਮਿਸ਼ ਗਰੀ ਨਾ ਹੋਵੇ ਤਾਂ ਮਜ਼ਾ ਨਹੀਂ ਕਰਦੇ ਚਾਵਲ। ਇਹ ਮਜ਼ੇਦਾਰ ਬਣਦੇ ਹਨ। ਇਹ ਕੁਰਬਾਨੀ ਦਾ ਆਸਾਂ ਬਕਰਾਈ ਗਈ ਹੁੰਦੀ ਅਤੇ ਹੁਣ ਜਿਹੜਾ ਨਾ ਕਸਾਈ ਕੁਸਰੀ ਖੜ੍ਹੇ ਅਤੇ ਕੁਰਬਾਨੀ ਦਾ ਜਾਨਵਰ ਜਿਹੜਾ ਹੱਥ ਰਖਵਾ ਗਏ ਸੋ ਬੜੇ ਸੋ ਅਸਾਪ ਅਸਾਪ ਬੜੇ ਰਹੇ ਮੈਨੂੰ। ਇਹ ਹੁਣ ਅੱਲਾਹ ਤਾਲਾ ਸਾਡੇ ਨਸੀਬ ਵੀ ਇੱਥੇ ਕਰੇ।
ਸਾਰਾ ਤਰੀਕਾ ਪਕਾਉਣ ਦਾ ਤਾਂ ਉਹ ਹੁੰਦੇ ਜਿਹੜਾ ਪਹਿਲੇ ਪਕਾਇਆ। ਮੈਂ ਪਿਆਜ਼ ਪੈਣ ਪਿਆ, ਸਾਰੀਆਂ ਮਿਰਚਾਂ ਅੱਛੀ ਤਰ੍ਹਾਂ ਦੇ ਬਣੇ ਸਨ। ਇੱਕ ਘੰਟਾ ਲੱਗ ਕੇ ਪਕਾਉਣ ਕੋਰਮਾ ਮਸਾਲਾ ਹੀ ਪਾ ਕੇ ਮੈਂ ਪਕਾਇਆ ਬਣ ਕੋਰਮਾ ਤਿਆਰ ਸੀ। ਇਹ ਮੈਂ ਮਸਾਲਾ ਸੱਟ ਕੇ ਦੇ ਮੈਂ ਹੱਥ ਬੰਦ ਕਰੇ ਨਹੀਂ ਪਿਆ, ਚੁੱਲ੍ਹਾ ਬੰਦ ਕਰੇ ਨਹੀਂ ਪਿਆ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਲਹਮਦੁਲਿਲਾ, ਸਾਲਾਂ ਤਿਆਰ ਸੀਗੇ। ਅਸਾਂ ਹੁਣ ਬਰਤਾਨੇ ਚ ਪਾ ਕੇ ਦੇ ਸੇ, ਸਾਲਾਂ ਨਹੀਂ ਤਿਆਰ ਸੀਗੇ, ਜ਼ਰਦਸਤ ਤਿਆਰ ਸੀਗੇ। ਰੋਟੀ ਪਕਾ ਕੇ ਦੇ ਉਹੀ ਤਿਆਰ ਸੀਗੇ, ਹੁਣ ਖਾਣ ਦੀ ਤਿਆਰੀ ਕਰਨ ਦੇ ਪਏ ਸੇ। ਤੁਸਾਂ ਮੇਰੇ ਇਹ ਕੋਰਮਾ ਬਣਾਇਆ ਅੱਜ, ਇਹ ਜਿਹੜਾ ਮੈਂ ਥਾਲੇ ਪਾ ਕੇ ਦੇ, ਤੁਸਾਂ ਮੇਰੀ ਵੀਡੀਓ ਨੂੰ ਲਾਈਕ ਕਰੀ ਜੋ, ਸ਼ੇਅਰ ਕਰੀ ਜੋ, ਮੇਰੀ ਵੀਡੀਓ ਪਸੰਦ ਕਰੀ ਜੋ, ਮੇਰੀ ਵੀਡੀਓ ਨੂੰ ਲਾਈਕ ਕਰੀ ਜੋ, ਸ਼ੇਅਰ ਕਰੀ ਜੋ। ਅੱਲਾਹ ਹਾਫਿਜ਼।